ਮੇਰੇ ਪਿਆਰਿਓ, ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਜੋ ਕੋਈ ਵੀ ਪਰਮੇਸ਼ਰ ਤੇ ਵਿਸ਼ਵਾਸ ਕਰਦਾ ਹੈ, ਨੇਚਾ ਕਰਦਾ ਹੈ, ਉਸਨੇ ਉਹਨਾਂ ਦੇ ਲਈ ਵੱਡੀਆਂ ਵੱਡੀਆਂ ਬਰਕਤਾਂ ਰੱਖੀਆਂ ਹਨ। ਇਸ ਦੇ ਬਾਰੇ ਪਰਮੇਸ਼ਰ ਦਾ ਵਚਨ ਕੁਝ ਕਹਿੰਦਾ ਹੈ। ਅਸੀਂ ਵੇਖਾਂਗੇ ਪਹਿਲਾ ਕੁਰਿੰਥੀਆਂ 2 ਅਧਿਆਏ ਤੇ 9 ਆਇਤ। ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨੀ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ ਹਨ, ਮਤਲਬ ਸਾਡੇ ਲਈ ਤਿਆਰ ਕੀਤੀਆਂ। ਪਰਮੇਸ਼ਰ ਨੇ ਸੰਨ 1974 'ਚ ਮੈਨੂੰ ਸੇਵਾ ਲਈ ਬੁਲਾਇਆ। ਪਰਮੇਸ਼ਰ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਪਿੰਡ ਵਿੱਚ ਜਾ ਕੇ ਉੱਥੇ ਸੇਵਾ ਕਰ ਅਤੇ ਉੱਥੋਂ ਮੈਂ ਤੈਨੂੰ ਬਰਕਤ ਦੇ ਕੇ ਵਧਾਵਾਂਗਾ। ਉਹਨਾਂ ਦਿਨਾਂ 'ਚ ਸਾਡਾ ਪਿੰਡ ਬਹੁਤ ਛੋਟਾ ਹੁੰਦਾ ਸੀ ਅਤੇ ਸਾਰੇ ਦਿਨ 'ਚ ਇੱਕੋ ਬੱਸ ਉੱਥੇ ਜਾਂਦੀ ਸੀ ਅਤੇ ਹੋਰ ਕੋਈ ਸੁਵਿਧਾ ਉੱਥੇ ਨਹੀਂ ਸੀ। ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਕੇ ਜੇ ਮੈਂ ਸੇਵਾ ਕਰਾਂਗਾ ਤਾਂ ਸਾਰੀ ਦੁਨੀਆ ਵਿੱਚ ਕਿਵੇਂ ਜਾਵਾਂਗਾ ਸੋਚਦਾ ਸੀ। ਪਰ ਫਿਰ ਵੀ ਪਰਮੇਸ਼ਰ ਦਾ ਹੁਕਮ ਮੰਨ ਕੇ ਮੈਂ ਸੇਵਾ ਵਾਸਤੇ ਆਪਣੇ ਪਿੰਡ ਆ ਗਿਆ। ਅਤੇ ਜੇਕਰ ਅੱਜ ਦੀ ਸਥਿਤੀ ਨੂੰ ਤੁਸੀਂ ਵੇਖੋ, ਪਿੰਡ ਵਿੱਚ ਵੱਡੀਆਂ ਵੱਡੀਆਂ ਇਮਾਰਤਾਂ ਹਨ ਅਤੇ ਸਾਡੇ ਹਾਲ ਵਿੱਚ 50,000 ਲੋਕ ਬੈਠ ਸਕਦੇ ਹਨ। ਆਵਾਜਾਈ ਦੇ ਸਾਧਨ ਵੀ ਹਨ ਅਤੇ ਦੂਰ ਦੁਰਾਡੇ ਜਾਣ ਵਾਸਤੇ ਵੀ ਇੱਥੋਂ ਕਾਰਾਂ ਬੱਸਾਂ ਆਮ ਮਿਲ ਜਾਂਦੀਆਂ ਹਨ। ਪ੍ਰਭੂ ਨੇ ਇੰਨੀ ਵੱਡੀ ਬਰਕਤ ਦਿੱਤੀ ਹੈ। ਉਹਨਾਂ ਦਿਨਾਂ ਵਿੱਚ ਇੱਥੇ ਕੋਈ ਵੀ ਸੁਵਿਧਾ ਨਹੀਂ ਹੁੰਦੀ ਸੀ ਅਤੇ ਅੱਜ ਪਰਮੇਸ਼ਰ ਨੇ ਇੱਥੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ ਅਤੇ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਪਰਮੇਸ਼ਰ ਨੇ ਜੋ ਕਿਹਾ ਸੀ, ਮੈਂ ਉਸਦੀ ਆਗਿਆ ਨੂੰ, ਉਸਦੀ ਗੱਲ ਨੂੰ ਮੰਨ ਕੇ ਇੱਥੇ ਆਇਆ ਅਤੇ ਇਸੇ ਕਰਕੇ ਆਪਣੀ ਅੱਖੀਂ ਇਹ ਸਭ ਬਰਕਤਾਂ ਵੇਖ ਰਿਹਾ ਹਾਂ। ਇਸੇ ਤਰ੍ਹਾਂ ਪਰਮੇਸ਼ਰ ਨੇ ਤੁਹਾਡੇ ਵਾਸਤੇ ਵੀ ਕੋਈ ਨਾ ਕੋਈ ਬਰਕਤਾਂ ਤਿਆਰ ਕੀਤੀਆਂ ਹਨ। ਸ਼ਾਇਦ ਉਹ ਬਰਕਤ ਕੋਈ ਵੱਡਾ ਮਕਾਨ ਜਾਂ ਕੋਈ ਵੱਡੀ ਕਾਰ ਹੋਵੇ ਜੋ ਪ੍ਰਭੂ ਨੇ ਤੁਹਾਨੂੰ ਦੇਣ ਲਈ ਤਿਆਰ ਕੀਤੀ ਹੈ ਅਤੇ ਇਹਨਾਂ ਦੁਨਿਆਵੀ ਬਰਕਤਾਂ ਦੇ ਨਾਲ ਨਾਲ ਮੌਤ ਤੋਂ ਬਾਅਦ ਜਦੋਂ ਅਸੀਂ ਸਵਰਗ ਵਿੱਚ ਜਾਵਾਂਗੇ ਤਾਂ ਉੱਥੇ ਵੀ ਪਰਮੇਸ਼ਰ ਨੇ ਸਾਡੇ ਲਈ ਇੱਕ ਮਕਾਨ ਬਣਾ ਕੇ ਰੱਖਿਆ ਹੈ ਜਿਸ ਵਿੱਚ ਸਾਰੀਆਂ ਸੁਵਿਧਾਵਾਂ ਹਨ। ਸੋ ਉੱਥੇ ਵੀ ਸਾਡੇ ਲਈ ਬਰਕਤਾਂ ਹਨ। ਪ੍ਰਭੂ ਨੇ ਸਾਰੀਆਂ ਬਰਕਤਾਂ ਦੀ ਤਿਆਰੀ ਕੀਤੀ ਹੈ ਅਤੇ ਉਹ ਸਾਡੀ ਅਗਵਾਈ ਕਰੇਗਾ। ਅੱਜ ਦੇ ਹਾਲਾਤਾਂ ਕਰਕੇ ਨਿਰਾਸ਼ ਨਾ ਹੋਵੋ। ਆਉਣ ਵਾਲੇ ਦਿਨਾਂ ਵਾਸਤੇ ਪਰਮੇਸ਼ਰ ਨੇ ਜਿਹੜੀਆਂ ਬਰਕਤਾਂ ਤੁਹਾਡੇ ਵਾਸਤੇ ਤਿਆਰ ਕਰਕੇ ਰੱਖੀਆਂ ਹਨ, ਉਹਨਾਂ ਨੂੰ ਵੇਖਣ 'ਚ ਤੁਹਾਡੀ ਮਦਦ ਕਰੇਗਾ। ਇਸ ਲਈ ਆਪਣੇ ਹਾਲਾਤਾਂ ਨੂੰ ਵੇਖ ਕੇ ਨਿਰਾਸ਼ ਨਾ ਹੋਵੋ। ਕੀ ਵਿਸ਼ਵਾਸ ਹੈ? ਆਓ ਪ੍ਰਾਰਥਨਾ ਕਰੀਏ। ਹੇ ਪ੍ਰਭੂ, ਤੂੰ ਮੇਰੇ ਵਾਸਤੇ ਹਰੇਕ ਸੁੱਖ ਸੁਵਿਧਾ ਦੀਆਂ ਵੱਡੀਆਂ ਵੱਡੀਆਂ ਬਰਕਤਾਂ ਤਿਆਰ ਕਰਕੇ ਰੱਖੀਆਂ ਹਨ। ਤੂੰ ਖੁਸ਼ਹਾਲੀ ਦਾ ਜੀਵਨ ਮੇਰੇ ਲਈ ਤਿਆਰ ਕਰਕੇ ਰੱਖਿਆ ਹੈ। ਮੈਂ ਪੂਰੇ ਵਿਸ਼ਵਾਸ ਦੇ ਨਾਲ ਉਸਨੂੰ ਪ੍ਰਾਪਤ ਕਰਾਂਗਾ। ਯਿਸੂ ਦੇ ਨਾਮ ਵਿੱਚ ਆਮੀਨ, ਆਮੀਨ।